ਕਹਾਂ ਮੈਂ ਉੱਤੇ ਬੈਠਾ ਤੇ ਉੱਧਰ ਦੇਖ ਰਿਹਾ ਸੀ ਤੇ ਮੇਰਾ ਦਿਲ ਕਰਦਾ ਵੀ ਜਾ ਕੇ ਹੁਣੇ ਕੁਛ ਕਰਦੀ ਹੈ। ਉੱਧਰ ਖੱਟਰ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਆਉਣਾ ਯਾਰ ਬੱਸਾਂ ਤੇ ਆ ਜਾਓ, ਗੱਡੀਆਂ ਤੇ ਆ ਜਾਓ, ਤੁਸੀਂ ਟਰੈਕਟਰ ਐਦਾਂ ਵੀੜਦੇ ਤਾਂ ਫੌਜਾਂ ਤੁਰੀਆਂ ਹੁੰਦੀਆਂ ਜੀ। ਇੱਕ ਹੋਰ ਸੁਣੋ, ਉੱਧਰੋਂ ਦੂਜੇ ਸੂਬਿਆਂ ਚੋਂ ਕਿ ਕਿਸਾਨ ਆਉਂਦੇ ਸੀ ਨਹੀਂ ਲਾ ਲੈ ਟ੍ਰੇਨਾਂ ਚੋਂ ਬੱਸਾਂ ਚੋਂ ਲਾ ਲੈ, ਉਹਨਾਂ ਨੂੰ ਕਿਉਂ ਲਾਇਆ ਫਿਰ? ਇਹਨਾਂ ਕੋਲ ਟੈਂਕ ਆ, ਸਾਡੇ ਕੋਲ ਟਰੈਕਟਰ ਆ। ਟਰੈਕਟਰ ਜੱਟ ਦੀ ਜਾਨ ਆ, ਕਿਸਾਨ ਦੀ ਜਾਨ ਆ, ਤੋਂ ਬਿਨਾਂ ਅਸੀਂ ਕੁਝ ਵੀ ਨਹੀਂ। ਇਹ ਜੋ ਮਰਜ਼ੀ ਕਹੀ ਜਾਣ, ਇਹਨਾਂ ਨੂੰ ਭੁਗਤਣਾ ਪੈਣਾ। ਕੱਲ੍ਹ ਨੂੰ ਇੱਦਾਂ ਦੀ ਕੋਈ ਗੱਲ ਨਾ ਕਹਿ ਸਕਣ ਉਹ ਵੀ ਅਸੀਂ ਤਾਂ ਜੀ ਮੀਟਿੰਗਾਂ ਕਰਦੇ ਸੀ, ਹੱਲ ਕੱਢਦੇ ਸੀ ਜੀ, ਨਹੀਂ ਆਹ ਕਰਦਾ, ਉਹ ਵੀ ਐਤਕੀ ਧੋ ਦੇਣਾ ਚਾਹੀਦਾ ਮੈਂ ਕਹਿੰਦਾ। ਪਰ ਇਹ ਜੇ ਉਹ ਕੀ ਕਹਿੰਦੇ ਕੋਰਟ ਆਫ ਕੰਡਕਟ ਜਾਂ ਦੂਜਾ ਤੀਜਾ, ਉਹ ਵੀ ਇਹਨਾਂ ਦੇ ਕਿੱਲ ਸਾਬਤ ਹੋਊਗਾ, ਇਹਨਾਂ ਦੇ ਉਲਟ ਜਾਣਾ ਸਾਰਾ ਕੁਛ। ਉਹ ਚੱਲ ਜਾਣਾ ਵੀ ਗਲਤ ਕਰ ਰਹੇ ਸੀ, ਉਹ ਗਾਂ ਵੋਟਾਂ ਵੀ ਆ, ਭੁਗਤਣਾ ਪਊਗਾ। ਉੱਧਰ ਖੱਟਰ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਆਉਣਾ ਯਾਰ ਬੱਸਾਂ ਤੇ ਆ ਜਾਓ, ਗੱਡੀਆਂ ਤੇ ਆ ਜਾਓ, ਤੁਸੀਂ ਟਰੈਕਟਰ ਐਦਾਂ ਵੀੜਦੇ ਤਾਂ ਫੌਜਾਂ ਤੁਰੀਆਂ ਹੁੰਦੀਆਂ ਜੀ। ਇੱਕ ਹੋਰ ਸੁਣੋ, ਉੱਧਰੋਂ ਦੂਜੇ ਸੂਬਿਆਂ ਚੋਂ ਕਿ ਕਿਸਾਨ ਆਉਂਦੇ ਸੀ ਨਹੀਂ ਲਾ ਲੈ ਟ੍ਰੇਨਾਂ ਚੋਂ, ਬੱਸਾਂ ਚੋਂ ਲਾ ਲੈ, ਉਹਨਾਂ ਨੂੰ ਕਿਉਂ ਲਾਇਆ ਫਿਰ? ਉਹ ਆ ਰਹੇ ਸੀ ਟ੍ਰੇਨਾਂ 'ਚ, ਬੱਸਾਂ 'ਚ, ਉਹਨਾਂ ਨੂੰ ਕਿਉਂ ਲਾਇਆ? ਇਹ ਏਕੇ 'ਚ ਇੱਦਾਂ ਹੀ ਜਾਣਾ, ਇਹਨਾਂ ਕੋਲ ਟੈਂਕ ਆ, ਸਾਡੇ ਕੋਲ ਟਰੈਕਟਰ ਆ। ਟਰੈਕਟਰ ਜੱਟ ਦੀ ਜਾਨ ਆ, ਕਿਸਾਨ ਦੀ ਜਾਨ ਆ, ਤੋਂ ਬਿਨਾਂ ਅਸੀਂ ਕੁਝ ਵੀ ਨਹੀਂ। ਇਹ ਵੀ ਸਾਡਾ ਪੁੱਤ ਆ, ਪੁੱਤ ਤੇ ਸਾਡੇ ਇਹਨਾਂ ਪ੍ਰਦੇਸ਼ਾਂ ਨੂੰ ਇਹਨਾਂ ਦੀ ਗਲਤ ਨੀਤੀਆਂ ਕਰਕੇ ਘੱਲਣੇ ਪੈ ਗਏ, ਔਰ ਪੁੱਤ ਤੇ ਸਾਡੇ ਕਈ ਨਾ ਮਾਰ ਦਿੱਤੇ, ਪਹਿਲਾਂ ਕਿਸੇ ਤਰੀਕੇ ਮਾਰਤੇ, ਹੁਣ ਨਸ਼ਿਆਂ 'ਚ ਲਿਆ ਲਿਓ ਕੇ ਮਾਰਤੇ, ਅਤੇ ਪੁੱਤ ਆ ਜੱਟ ਦਾ, ਇਹ ਪੁੱਤ ਪਿਓਰ ਪਿਓ ਪੁੱਤ ਇਕੱਠੇ ਹੀ ਆ, ਇਹਨਾਂ ਨੂੰ ਵੱਖ ਨਹੀਂ ਕਰਕੇ ਦੇਖਿਆ ਜਾ ਸਕਦਾ। ਮਹਾਰਾਜ ਮਿਹਰ ਕਰੇਗਾ, ਇਹ ਜੋ ਮਰਜ਼ੀ ਕਹੀ ਜਾਣ, ਇਹਨਾਂ ਨੂੰ ਭੁਗਤਣਾ ਪੈਣਾ। ਅੱਜ ਥਾਂ ਵੀ ਉਹੀ ਹੈ ਜੀ, ਸੰਘਰਸ਼ ਵੀ ਉਹੀ ਹੈ। ਕਿਸੇ ਸਮੇਂ ਇੱਥੇ ਨਿਸ਼ਾਨ ਸਾਹਿਬ ਲੱਗੇ ਸੀ, ਦੀਪ ਸਿੱਧੂ ਇਸ ਥਾਂ ਦੇ ਉੱਤੇ ਖੜਾ ਸੀ, ਅਤੇ ਅੱਜ ਵੀ ਆ ਦੀਪ, ਅੱਜ ਵੀ ਆ ਸਾਰਿਆਂ 'ਚ ਹੀ ਆ। ਉਹ ਜਿਹੜੀਆਂ ਰੂਹਾਂ ਅਮਰ ਹੋ ਜਾਂਦੀਆਂ, ਉਹ ਸਦਾ ਹੀ ਰਹਿੰਦੀਆਂ। ਜੋ ਮਰਜ਼ੀ ਵੀਰਾ ਮੇਰਾ ਵਚਨ ਚੇਤੇ ਰੱਖੀ, ਆਹ ਜਿਹੜੇ ਇੰਨੇ ਕੁ ਵੀਰ ਵੀ ਨਾ ਬੇਅੰਤ ਆ, ਬਹੁਤ ਵੱਡਾ ਇਕੱਠ, ਜੇ ਇੱਕ ਮਾਰਨ ਲੱਗ ਪਏ ਗੋਲੀਆਂ, ਇੱਕ ਚੇਤੇ ਰੱਖੀ, ਦੋ ਚਾਰ ਪੰਜ ਦਸ ਵੀਹ ਪੰਜਾਹ, ਉਹ ਮੁੜ ਕੇ ਜਿਹੜਾ ਕਲੰਕ ਆ ਨਾ ਉਹ ਲੈ ਜਾਊ ਮੱਥਿਓਂ। ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ, ਵਿਸ਼ਵ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਣਗੇ? ਬੇਗਨਾਹ ਨੂੰ ਮਾਰਤਾ ਮੇਰਾ ਭਰਾ, ਇੱਕ ਚੇਤੇ ਰੱਖਿਓ, ਬਸ ਇਕੱਠੇ ਰਹੋ। ਅਤੇ ਵੀਰਾਂ ਨੂੰ ਬੇਨਤੀ ਵੀ ਵਿਰੋਧ ਨਾ ਕਰੋ, ਜਿਹੜੇ ਪਿੱਛੇ ਵੀ ਆ ਨਾ ਜੂਨੀਅਰ ਵਾਲਿਆਂ ਜਾਂ ਕੋਈ ਵੀ ਆ, ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ। ਰਹਿਰਾ ਸਾਹਿਬ ਦਾ ਵੇਲਾ ਹੋ ਰਿਹਾ, ਮਿਹਰ ਕਰੇ ਮਹਾਰਾਜ, ਆਪਾਂ ਚੜ੍ਹਦੀ ਕਲਾ 'ਚ ਰਹੀਏ, ਪ੍ਰੇਮ 'ਚ ਰਹੀਏ, ਮੋਰਚੇ ਫਤਿਹ ਹੋਣੇ ਹੋਣੇ। ਮੀਟਿੰਗ 'ਚ ਕੁਝ ਗੱਲ ਨਹੀਂ ਬਣਦੀ, ਸਫਲ ਰਹਿੰਦੀ ਆ ਤਾਂ ਕਿਸਾਨ ਕਹਿੰਦੇ ਅੱਗੇ ਨੂੰ ਵੀ ਤੁਰਾਂਗੇ ਫਿਰ, ਪਰ ਅੱਗੇ ਬੈਰੀਕੇਡ ਬਹੁਤ ਵੱਡੇ, ਉਹ ਕਹਿੰਦੇ ਇਸ ਵਾਰੀ ਪ੍ਰਬੰਧ ਛੋਟੇ ਨਹੀਂ, ਪ੍ਰਬੰਧ ਉਸ ਤੋਂ ਵੀ ਗਾਂਹ ਦੇ ਕੀਤੇ ਹੋਏ ਆ, ਵੱਡੇ ਕਿੱਲਾਂ ਲਾਤੀਆਂ ਜੀ, ਲੈਂਟਰ ਪਾ ਤੇ, ਕੰਕਰੀਟ ਪਾ ਤਾ, ਵੀ ਹੁਣ ਲੰਘਣਾ ਸੌਖਾ ਨਹੀਂ। ਇਹਨਾਂ ਨੂੰ ਰੋਕ ਨਹੀਂ ਸਕਦਾ ਕੋਈ, ਇਹਨਾਂ ਨੂੰ ਰੋਕ ਨਹੀਂ ਸਕਦਾ, ਧੱਕਾ ਕਰ ਰਹੇ ਆ, ਬਹੁਤ ਵੱਡਾ ਧੱਕਾ ਕਰ ਰਹੇ ਆ। ਪਰ ਮੇਰਾ ਪਰ ਇੰਨਾ ਕੁ ਵਚਨ ਚੇਤੇ ਰੱਖ ਲਈ, ਇਹਨਾਂ ਦੇ ਕੋਲ ਜੇ ਇਹ ਰਾਹ ਰੋਕਣ ਲਈ ਜਾਂ ਇਹ ਦਸਤੇ ਨੇ ਜਾਂ ਕੋਈ ਹੋਰ ਔਜ਼ਾਰ ਨੇ, ਤੇ ਸਾਡੇ ਮਗਰ ਅਕਾਲ ਪੁਰਖ ਵਾਹਿਗੁਰੂ ਦੀ ਪਾਵਰ ਆ, ਸ਼ਹੀਦਾਂ ਦੀ ਪਾਵਰ ਆ, ਗੁਰੂਆਂ ਦੀ ਪਾਵਰ ਆ, ਉਹ ਗੁਰੂਆਂ ਦੀ ਸ਼ਕਤੀ ਅੱਗੇ ਕੋਈ ਵੀ ਅੜ ਨਹੀਂ ਸਕਦਾ। ਉਹ ਪਾਵਰ ਲੈ ਕੇ ਜਾਊਗੀ, ਉਹ ਕਲਾ ਵਰਤੂਗੀ, ਇਹ ਇਹ ਸਭ ਸਭ ਕੁਝ ਫਿੱਕਾ ਪੈ ਜਾਊਗਾ, ਉਹਦੀ ਕਲਾ ਵਰਤਣੀ ਆ। ਬਸ ਭਰੋਸੇ 'ਚ ਰਿਹੋ, ਪਿਆਰ 'ਚ ਰਿਹੋ, ਉਹ ਗੁਰੂਆਂ ਪੀਰਾਂ ਦੇ ਅੱਗੇ ਅਰਦਾਸ ਬੇਨਤੀ ਕਰੋ, ਸਾਡੇ ਨਾਲ ਆ। ਨੌਜਵਾਨੀ ਨੂੰ ਕੀ ਸੁਨੇਹਾ ਜੀ? ਤੁਸੀਂ ਬੜਾ ਜੋਸ਼ੀਲਾ ਸਪੀਚ ਦਿੱਤੀ ਹੈ, ਨੌਜਵਾਨੀ ਆਪਣਾ ਕੋਈ ਉਸ ਤਰ੍ਹਾਂ ਦਾ ਲੀਡਰ ਲੱਭਦੀ ਹੈ ਜਿਹੜੇ ਉਹਨਾਂ ਨੂੰ ਰਾਹ ਦੱਸੇ, ਰਾਹ ਬਣ ਸਕੇ, ਉਹਨਾਂ ਦਾ ਕੋਈ ਰਾਹ ਦੱਸ ਸਕੇ ਜੀ? ਨਹੀਂ, ਹੈਗੇ ਨੇ ਬਹੁਤ ਸੋਹਣੇ, ਇਹ ਆਪ ਹੀ ਲੀਡਰ ਨੇ, ਇਹ ਇਕੱਲਾ ਇਕੱਲਾ ਆਪ ਹੀ ਸਿਆਣੇ ਨੇ। ਬਸ ਇੱਕ ਇੱਕ ਜਿਹੜਾ ਜਾਬਤਾ ਹੁੰਦਾ ਨਾ, ਕਈ ਵਾਰੀ
ਜਿਹੜੇ ਬਜ਼ੁਰਗ ਆ, ਬਜ਼ੁਰਗਾਂ ਦੀ ਹੋਸ਼ ਅਤੇ ਜਵਾਨੀ ਦਾ ਜੋਸ਼ ਦੋਵੇਂ ਰਲ ਕੇ ਚੱਲਣ ਤਾਂ ਠੀਕ ਆ। ਦੇਖੋ ਕੱਲ੍ਹ ਨੂੰ ਇੱਦਾਂ ਦੀ ਕੋਈ ਗੱਲ ਨਾ ਕਹਿ ਸਕਣ ਉਹ ਵੀ ਅਸੀਂ ਤਾਂ ਜੀ ਮੀਟਿੰਗਾਂ ਕਰਦੇ ਸੀ, ਹੱਲ ਕੱਢਦੇ ਸੀ, ਜੀ ਨਹੀਂ ਆਹ ਕਰਤਾ, ਉਹ ਵੀ ਐਤਕੀ ਧੋ ਦੇਣਾ ਚਾਹੀਦਾ। ਮੈਂ ਕਹਿੰਦਾ ਵੀ ਇਹਨਾਂ ਨੂੰ ਜਿੱਦਾਂ ਮੌਕਾ ਨਾ ਉਹ, ਪਰ ਇਹ ਜੇ ਉਹ ਕੀ ਕਹਿੰਦੇ ਕੋਰਟ ਆਫ ਕੰਡਕਟ ਜਾਂ ਦੂਜਾ ਤੀਜਾ, ਉਹ ਵੀ ਇਹਨਾਂ ਦੇ ਕਿੱਲ ਸਾਬਤ ਹੋਊਗਾ, ਇਹਨਾਂ ਦੇ ਉਲਟ ਜਾਣਾ ਸਾਰਾ ਕੁਛ, ਉਹ ਚੱਲ ਜਾਣਾ ਵੀ ਗਲਤ ਕਰ ਰਹੇ ਸੀ। ਉਹ ਗਾਂ ਵੋਟਾਂ ਵੀ ਆ, ਭੁਗਤਣਾ ਪਊਗਾ, ਪਰ ਉੱਥੇ ਵੀ ਹੇਰਾ ਫੇਰੀ ਜਿਹੜੀ ਨਾ ਪ੍ਰਧਾਨ ਆ, ਇਹ ਜਾਗਣਾ ਹੀ ਪੈਣਾ ਸਾਰਿਆਂ ਲੋਕਾਂ ਨੂੰ, ਦੂਜੇ ਸੂਬਿਆਂ ਵਾਲੇ ਵੀ ਨਾ, ਇਹ ਇਕੱਲੇ ਪੰਜਾਬ ਪਰ ਇੱਕ ਆ, ਜਦੋਂ ਪੰਜਾਬ ਅੱਗੇ ਲਾ ਕੇ ਤੁਰ ਪੈਂਦਾ ਨਾ, ਉਹ ਹੈਗੇ ਲੋਕ ਬੈਠੇ ਵਿਸ਼ਵ 'ਚ, ਉਹ ਫਿਰ ਜਾਣ ਜਾਂਦੇ ਆ ਵੀ ਐਵੇਂ ਨਹੀਂ ਇਹ ਤੁਰੇ, ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੁਰਨਾ ਚਾਹੀਦਾ। ਇਹ ਇਹ ਤਾਂ ਮੰਗਾਂ ਤੁਸੀਂ ਜਿਵੇਂ ਕਿਹਾ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਕਹਿ ਚੁੱਕਾ, ਉਹ ਪੂਰੀਆਂ ਕਰ ਦੇਣੀਆਂ ਚਾਹੀਦੀਆਂ। ਨੀਲੇ ਬਾਣੇ ਤੋਂ ਬਹੁਤ ਜਿਹੜੀ ਅੱਗੇ ਡਰ ਲੱਗਦਾ ਜੀ, ਤੁਸੀਂ ਕਿਹਾ ਵੀ ਨੀਲੇ ਬਾਣੇ ਦੀ ਤਾਕਤ ਹੈ, ਤੁਸੀਂ ਹੁਣ ਸਪੀਚ ਵਿੱਚ ਵੀ ਆਪਣੀ 'ਚ ਦੱਸਿਆ, ਇਹ ਕਿਉਂ ਹਮੇਸ਼ਾ ਡਰਾਉਂਦਾ ਰਹਿੰਦਾ ਅਤੇ ਨਿਹੰਗ ਸਿੰਘ ਹਮੇਸ਼ਾ ਅੱਗੇ ਆ ਕੇ ਬਹਿ ਜਾਂਦੇ ਜੀ? ਇਹ ਹੈ ਹੀ ਪਾਵਰਫੁੱਲ, ਇਹ ਰਹਿਮਤ ਹੈ ਮਹਾਰਾਜ ਦੀਆਂ ਆ। ਇਹ 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 ਜਿਹੜੀ ਚੀਜ਼ ਹੈ ਨਾ, ਉਹ ਦੇਖੋ ਨੀਲਾ ਹੀ ਆ, ਸਮੁੰਦਰ ਵੀ ਨੀਲਾ, ਜਿਹੜੀ ਉਹਦੀ ਵੱਡੀ ਪਾਵਰ ਕੋਈ ਬਣਾਈ ਉਹ ਨੀਲਾ ਹੀ ਆ, ਉਹ ਨੀਲੰਬਰਧਾਰੀ ਮਾਲਕ ਆ, ਨੀਲਕੰਠ ਨਰ ਹਰ ਨਾਰਾਇਣ। ਹਾਂਜੀ, ਉਹ ਇਹਨਾਂ ਦੇ ਨਹੀਂ, ਉਹ ਸਾਡੀਆਂ ਪਾਵਰਾਂ ਸਾਰੀਆਂ ਉਹ ਸਾਡੇ ਨਾਲ ਹੀ ਆ। ਔਰ ਇਹ ਜਿਹੜੀ ਇਹ ਵਰਦੀ ਹੈ, ਇਹ ਬਖਸ਼ੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਇਹ 'ਚ ਪਾਵਰ ਹੀ ਉਹ ਇੱਦਾਂ ਦੀ ਭਰ ਦਿੰਦਾ, ਸ਼ਕਤੀ ਇੱਦਾਂ ਦੀ ਭਰ ਦਿੰਦਾ। ਇਹ ਮੈਂ ਸਾਰਿਆਂ ਨੂੰ ਕਹਿੰਦਾ, ਇਹ ਧਾਰਨ ਕਰਨਾ ਚਾਹੀਦਾ, ਹਰ ਇੱਕ ਦੇ ਕੋਲ ਹੋਣਾ ਚਾਹੀਦਾ, ਦਸਤਾਰ ਦੇ ਰੂਪ 'ਚ ਜਾਂ ਗਲ 'ਚ ਹੋਵੇ, ਲੱਕ ਨੂੰ ਹੋਵੇ, ਇਹ ਰੱਖੋ। ਇਹ ਤਾਂ ਗਿੱਠਕ ਦੀ ਟਾਕੀ ਵੀ ਨਾ ਆਉਣ ਵਾਲੇ ਸਮੇਂ 'ਚ ਕੰਮ ਆਉਣੀ ਆ, ਉਹਦੀ ਪਾਵਰ ਨਹੀਂ ਬੇੜੇ ਪਾਰ ਕਰਦੇ ਨੇ। ਜਦੋਂ ਇੱਕ ਨਿਹੰਗ ਸਿੰਘ ਜਾਂ ਬਾਣੇ ਵਾਲਾ ਸਿੰਘ ਵਰਤਾਰਾ ਦੇਖਦਾ, ਹੁਣ ਤੁਸੀਂ ਢਾਡੀ ਸਿੰਘ ਹੋ ਜੀ, ਜਦੋਂ ਤੱਕ ਤੁਹਾਡਾ ਉਹ ਬਿਆਨ ਨਾ ਉੱਦਾਂ ਕਰੋ ਤਾਂ ਉਹ ਰਸ ਨਹੀਂ ਬਣਦਾ, ਵੀ ਜਦੋਂ ਨਿਹੰਗ ਸਿੰਘ ਦੇਖਦੇ ਆ, ਸਿੰਘ ਦੇਖਦੇ ਵਰਤਾਰੇ ਨੂੰ, ਕਿੱਦਾਂ ਦਾ ਅੰਦਰੋਂ ਰੋਹ ਉੱਠਦਾ ਹੈ ਅਤੇ ਕਿੱਦਾਂ ਦੇ ਬਚਨ ਫਿਰ ਨਿਕਲਦੇ ਆ ਜੀ ਉਹ ਆਪਣੇ ਅੰਦਾਜ਼ 'ਚ? ਜਰਾ ਬਿਆਨ ਸੱਚ ਕਹਾਂ, ਮੈਂ ਉੱਤੇ ਬੈਠਾ ਤਾਂ ਉੱਧਰ ਦੇਖ ਰਿਹਾ ਸੀ, ਅਤੇ ਮੇਰਾ ਦਿਲ ਕਰਦਾ ਵੀ ਜਾ ਕੇ ਹੁਣੇ ਕੁਛ ਕਰਦੀ ਹੈ। ਇਹ ਜਿਹੜੀ ਨਾ ਕੂੜ ਦੀ ਚੀਜ਼ ਆ ਨਾ, ਜਾਂ ਧੱਕਾ ਨਿਹੰਗ ਸਿੰਘ ਨਹੀਂ ਬਰਦਾਸ਼ਤ ਕਰ, ਨਿਹੰਗ ਸਿੰਘ ਹੀ ਕੋਈ ਵੀ ਧਰਮੀ ਬੰਦਾ, ਕੋਈ ਵੀ ਸੱਚੀ ਰੂਹ ਬਰਦਾਸ਼ਤ ਨਹੀਂ ਕਰ ਸਕਦੀ। ਇੱਥੇ ਮੈਨੂੰ ਮੁਸਲਮਾਨ ਭਰਾ ਵੀ ਮਿਲੇ, ਹਿੰਦੂ ਭਰਾ ਵੀ ਮਿਲਿਆ, ਆਉਂਦਿਆਂ ਬੜੇ ਪ੍ਰੇਮ ਨਾਲ ਮਿਲੇ, ਆਏ ਆ, ਹੋਰ ਵੀ ਆ ਜਾਣਗੇ, ਆਪਣੇ ਵੀ ਆ ਜਾਣਗੇ ਸਾਰੇ, ਬਸ ਪ੍ਰੇਮ 'ਚ ਰਹੋ ਅਤੇ ਜਿਹੜੀ ਮਹਾਰਾਜ ਦੀ ਕਲਾ ਉਹ ਵਰਤਣੀ ਵੀਰਾਂ, ਉਹ ਵਰਤਣੀ ਹੈ। ਚੰਗਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ, ਜਿੱਥੇ ਬਹੁਤ ਕਿਸਾਨ ਇਸ ਥਾਂ ਦੇ ਉੱਤੇ ਇਕੱਠੇ ਹੋਏ ਆ, ਤਾਂ ਜਿੱਥੇ ਨਿਹੰਗ ਸਿੰਘ ਇਸ ਥਾਂ ਦੇ ਉੱਤੇ ਹਾਜ਼ਰੀਆਂ ਲਗਵਾ ਰਹੇ ਆ, ਤਾਂ ਢਾਡੀ ਸਿੰਘ ਗਿਆਨੀ ਤਰਸੇਮ ਸਿੰਘ ਮੋਰਾਵਾਲੀ ਹੋਰਾਂ ਦੇ ਵੱਲੋਂ ਵੀ ਜਵਾਨੀ ਦੇ ਵਿੱਚ ਆ ਕੇ ਅਜਿਹੀ ਤਕਰੀਰ ਕੀਤੀ ਗਈ, ਹੱਕਾਂ ਦੇ ਲਈ ਨੌਜਵਾਨਾਂ ਨੂੰ ਜੋ ਪ੍ਰੇਰਣਾ ਦਿੱਤੀ ਗਈ, ਉਸ ਨੇ ਨੌਜਵਾਨਾਂ ਦੇ ਵਿੱਚ ਇੱਕ ਵੱਖਰਾ ਹੀ ਜਿੱਥੇ ਜੋਸ਼ ਭਰਿਆ, ਤਾਂ ਨੌਜਵਾਨਾਂ ਨੇ ਜਕਾਰੇ ਵੀ ਲਗਾਏ ਆ, ਅਤੇ ਕੁਝ ਗੱਲਾਂ ਨੌਜਵਾਨਾਂ ਨੂੰ ਅਜਿਹੀਆਂ ਸਮਝਾ ਕੇ ਵੀ ਗਿਆਨੀ ਤਰਸੇਮ ਸਿੰਘ ਮੋਰਾਵਾਲੀ ਗਏ ਆ, ਤਾਂ ਕਿ ਨੌਜਵਾਨ ਆਪਣੇ ਹੱਕ ਲੈਣ ਦੇ ਲਈ ਇੱਕ ਜਾਬਤੇ 'ਚ ਰਹਿ ਕੇ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਨਾਂ ਦੀ ਪ੍ਰਾਪਤੀ ਕਰ ਸਕਣ। ਕਹਾਂ, ਮੈਂ ਉੱਤੇ ਬੈਠਾ ਤਾਂ ਉੱਧਰ ਦੇਖ ਰਿਹਾ ਸੀ, ਅਤੇ ਮੇਰਾ ਦਿਲ ਕਰਦਾ ਵੀ ਜਾ ਕੇ ਹੁਣੇ ਕੁਛ ਕਰਦੀ ਹੈ। ਉੱਧਰ ਖੱਟੜ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਆਉਣਾ ਯਾਰ, ਬੱਸਾਂ 'ਤੇ ਆ ਜਾਓ, ਗੱਡੀਆਂ 'ਤੇ ਆ ਜਾਓ, ਤੁਸੀਂ ਟਰੈਕਟਰ ਇੱਦਾਂ ਵੀੜਦੇ ਤਾਂ ਫੌਜਾਂ ਤੁਰੀਆਂ ਹੁੰਦੀਆਂ ਜੀ। ਇੱਕ ਹੋਰ ਸੁਣੋ, ਉੱਧਰੋਂ ਦੂਜੇ ਸੂਬਿਆਂ 'ਚੋਂ ਕਿ ਕਿਸਾਨ ਆਉਂਦੇ ਸੀ, ਨਹੀਂ ਲਾ ਲੈ ਟ੍ਰੇਨਾਂ 'ਚੋਂ, ਬੱਸਾਂ 'ਚੋਂ ਲਾ ਲੈ, ਉਹਨਾਂ ਨੂੰ ਕਿਉਂ ਲਾਇਆ ਫਿਰ? ਇਹਨਾਂ ਕੋਲ ਟੈਂਕ ਆ, ਸਾਡੇ ਕੋਲ ਟਰੈਕਟਰ ਆ, ਟਰੈਕਟਰ ਜੱਟ ਦੀ ਜਾਨ ਆ, ਕਿਸਾਨ ਦੀ ਜਾਨ ਆ, ਤੋਂ ਬਿਨਾਂ ਅਸੀਂ ਕੁਝ ਵੀ ਨਹੀਂ। ਇਹ ਜੋ ਮਰਜ਼ੀ ਕਹੀ ਜਾਣ, ਇਹਨਾਂ ਨੂੰ ਭੁਗਤਣਾ ਪੈਣਾ। ਕੱਲ੍ਹ ਨੂੰ ਇੱਦਾਂ ਦੀ ਕੋਈ ਗੱਲ ਨਾ ਕਹਿ ਸਕਣ ਉਹ
ਵੀ ਅਸੀਂ ਤਾਂ ਜੀ ਮੀਟਿੰਗਾਂ ਕਰਦੇ ਸੀ, ਹੱਲ ਕੱਢਦੇ ਸੀ, ਜੀ ਨਹੀਂ ਆਹ ਕਰਦਾ, ਉਹ ਵੀ ਐਤਕੀ ਧੋ ਦੇਣਾ ਚਾਹੀਦਾ ਮੈਂ ਕਹਿੰਦਾ। ਪਰ ਇਹ ਜੇ ਉਹ ਕੀ ਕਹਿੰਦੇ ਕੋਰਟ ਆਫ ਕੰਡਕਟ ਜਾਂ ਦੂਜਾ ਤੀਜਾ, ਉਹ ਵੀ ਇਹਨਾਂ ਦੇ ਕਿੱਲ ਸਾਬਤ ਹੋਊਗਾ, ਇਹਨਾਂ ਦੇ ਉਲਟ ਜਾਣਾ ਸਾਰਾ ਕੁਛ, ਉਹ ਚੱਲ ਜਾਣਾ ਵੀ ਗਲਤ ਕਰ ਰਹੇ ਸੀ, ਉਹ ਗਾਂ ਵੋਟਾਂ ਵੀ ਆ, ਭੁਗਤਣਾ ਪਊਗਾ।